ਅਸਲਾਮ ਵਾਲੇਕਮ ਰਹਿਮਤੁਲਲਾ ਜੀ ਦੋਸਤੋ, ਕੁਝ ਭਾਈਆਂ ਨੇ ਆਖਿਆ ਵਾ ਵੱਡੀ ਮਸ਼ੀਨ ਜਿਹੜੀ ਹੈ ਨਾ ਇਹਦੀ ਆ ਖੋਲ੍ਹਣੀ ਪੈ ਜਾਣਾ, ਰੂਟਰ ਆਈ ਸਮਝ ਨਹੀਂ ਆਉਂਦਾ, ਰੂਟਰ ਆ ਸਿਲਸਿਲਾ ਖੋਲ੍ਹਣਾ ਪੈ ਜਾ, ਡਬਲ ਬਲੋਰ ਜਿਹੜੀ ਹੈ ਇਹਦਾ ਤਰੀਕਾ ਕਰ ਇਹ ਵੀ ਪਹਿਲੋਂ ਇਹਦੀ ਆਹ ਸਾਈਡ ਵਾਲੀ ਪਲੇਟ ਖੋਲ੍ਹ ਲੈਣੀ ਹੈ ਬਾਹਰ ਲਈ ਪਰਦੇ ਵਾਲੀ, ਫਿਰ ਆਹ ਅਗਲੀ ਪਲੇਟ ਖੋਲ੍ਹ ਲੈਣੀ ਹੈ ਪਰਦੇ ਵਾਲੀ, ਫਿਰ ਇਸ ਸਾਈਡ ਵਾਲੀ ਪਲੇਟ ਖੋਲ੍ਹ ਲੈਣੀ ਹੈ ਪਰਦੇ ਵਾਲੀ, ਠੀਕ ਹੈ। ਉਸ ਤੋਂ ਬਾਅਦ ਜਨਾਬ ਵੈਰਿੰਗਾਂ ਦੀਆਂ ਐਲਕੀਆਂ ਹੁੰਦੀਆਂ ਨੇ, ਇਹ ਐਲਕੀਆਂ ਨਜ਼ਰ ਆ ਰਹੀ ਹੈ ਵੈਰਿੰਗਾਂ ਦੀਆਂ ਐਲਕੀਆਂ, ਇਹ ਐਲਕੀ ਨਾਲ ਵੈਰਿੰਗਾਂ ਦੀਆਂ ਐਲਕੀਆਂ ਖੋਲ੍ਹ ਲੈਣੀਆਂ ਨੇ। ਇਹ ਐਲਕੀ ਵੀ ਤੁਹਾਨੂੰ ਮੈਂ ਵਿਖਾ ਛੱਡਣਾ, ਆਹ ਜਨਾਬ ਐਲਕੀਆਂ ਨੇ, ਇਹ ਜਿਹੜਾ ਪਿਆ ਐਲਕੀ ਰਾਡ, ਇਹਦੇ ਨਾਲ ਐਲਕੀ ਖੁੱਲ੍ਹਣੀ ਹੈ ਅਤੇ ਇਹ ਅੰਜ ਪਾਉਂਦੀ ਹੈ, ਨਜ਼ਰ ਆ ਰਹੀ ਹੈ ਅੰਜ ਪੈ ਗਈ, ਦੋਵਾਂ ਸਾਈਡਾਂ ਤੋਂ ਪੈ ਜਾਂਦੀ, ਇਸ ਸਾਈਡ ਤੋਂ ਵੀ ਉਸ ਸਾਈਡ ਤੋਂ ਵੀ, ਠੀਕ ਹੈ। ਤੇਲ ਸ਼ੇਲ ਦੇ ਲਓ ਇਹਦਾ ਨਾ ਜੰਗ ਸ਼ੰਗ ਪੈ ਜਾਂਦਾ, ਅਤੇ ਫਿਰ ਜੰਗ ਇਹਦੇ ਉੱਤੋਂ ਨਾ ਇਸ ਜਗ੍ਹਾ ਤੋਂ ਜੰਗ ਵੀ ਲਾ ਲਈਦਾ ਸ਼ਾਰਟ ਨਾਲੋਂ ਨਾ, ਠੀਕ ਹੈ। ਫਿਰ ਸੌਖੀ ਨਿਕਲ ਜਾਂਦੀ ਹੈ, ਠੀਕ ਹੈ ਜੀ। ਇਸ ਸਾਈਡ ਵਾਲੇ ਵੀ ਜਿਹੜੀ ਹੈ ਨਾ ਐਲਕੀਆਂ ਖੋਲ੍ਹ ਕੇ ਅੱਗੋਂ ਆਸ਼ਾ ਫਟਣ ਵਾਲਾ ਜੰਗ ਲਾ ਲੈਣਾ, ਵੇਂਦੇ ਹੋ ਮੈਂ ਜੰਗ ਸਾਫ਼ ਕੀਤੇ ਆ, ਵੇਂਦੇ ਨਜ਼ਰ ਆ ਰਿਹਾ ਜੇ, ਠੀਕ ਹੈ। ਜੰਗ ਸਾਫ਼ ਕਰਕੇ ਫਿਰ ਜਨਾਬ ਇਹ ਗਾਲੇ ਵਾਲਾ ਸਿਸਟਮ ਜਿਹੜਾ ਨਾ, ਇਹ ਜਿਹੜਾ ਬਾਹਰਲਾ ਗਾਲੇ ਵਾਲਾ ਸਿਸਟਮ ਹੈ, ਇਹ ਚੀਜ਼ ਜਿਹੜੀ ਹੈ ਨਜ਼ਰ ਆ ਰਹੀ ਹੈ, ਇਹ ਗਾਲੇ ਵਾਲੀ ਚੀਜ਼ ਜਿਹੜੀ ਹੈ ਇਸ ਨਾਲ ਖੋਲ੍ਹਣਾ। ਇਹਦੇ ਕਬਲੇ ਨੇ ਆਹ ਦੋ, ਇੱਕ ਆ ਉੱਤੇ ਕਬਲਾ ਲੱਗਿਆ, ਇੱਕ ਆ ਥੱਲੇ ਕਬਲਾ ਲੱਗਿਆ, ਆਹ ਲੱਗਿਆ, ਇਹਨੂੰ ਖੋਲ੍ਹ ਕੇ ਇਹਨੂੰ ਬਾਹਰ ਤੁਸੀਂ ਕੱਢ ਲੈਣਾ, ਠੀਕ ਹੈ। ਅਗਾਂਹ 'ਤੇ ਇਸ ਨਿਕਲਣਾ, ਇਹ ਨਿਕਲ ਗਿਆ, ਨਿਕਲਣਾ ਤੋਂ ਬਾਅਦ ਸਰਕਾਰ ਮੇਰੀ ਤੁਸਾਂ ਇਸ ਪਲੇਟ ਦੇ ਆਹ ਦੋ ਕਬਲੇ ਵੱਡੇ ਲੱਗੇ ਨੇ, ਇੱਕ ਆਹ ਕਬਲਾ ਲੱਗਿਆ ਵੱਡਾ, ਇੱਕ ਇੱਥੇ ਥੱਲੇ ਲੱਗਿਆ ਵੱਡਾ ਆਹ ਕਬਲਾ ਲੱਗਿਆ, ਇਹ ਆਰ ਪਾਰ ਕਬਲੇ ਨੇ ਨਜ਼ਰ ਆ ਰਹੇ ਨੇ, ਆਰ ਪਾਰ ਕਬਲੇ ਨੇ, ਇਹ ਜਨਾਬ ਤੁਸੀਂ ਖੋਲ੍ਹ ਲੈਣੇ ਨੇ। ਖੋਲ੍ਹਣੇ ਤੋਂ ਬਾਅਦ ਇਹ ਕਬਲੇ ਖੋਲ੍ਹ ਲੈਣੇ ਛੇ, ਇੱਕ ਦੋ ਤਰੇ ਤਰੇ ਹੀ ਉਸ ਪਾਸੇ ਨੇ, ਠੀਕ ਹੈ। ਇਹ ਖੋਲ੍ਹ ਕੇ ਇਹ ਪਲੇਟ ਜਿਹੜੀ ਹੈ ਪਿਛਾਂ ਉਠਾ ਲੈਣੀ ਹੈ, ਪਿਛਾਂ ਉਠਾਉਣੇ ਤੋਂ ਬਾਅਦ ਅੰਦਰੋਂ ਜਿਹੜਾ ਨਾ ਸ਼ਾਫਟ ਤੁਸੀਂ ਆਹ ਨਾ ਸੋਰੀ ਆ ਬੈਰੰਗ ਪਹਿਲਾਂ ਖੋਲ੍ਹਣਾ, ਬੈਰੰਗ ਖੋਲ੍ਹ ਕੇ ਇਸ ਨੇ ਤੁਸੀਂ ਉਹਨਾਂ ਲਾਹ ਲੈਣਾ, ਲਾਹ ਕੇ ਪਰ ਉਹ ਸ਼ਾਫਟ ਤੁਸੀਂ ਜਿਸ ਵੇਲੇ ਠੋਕਣਾ ਨਾ, ਸ਼ਾਫਟ ਉਹਨਾਂ 'ਤੇ ਟੁਰ ਪਵੇ ਦੀ, ਜਿਸ ਵੇਲੇ ਟੁਰ ਪਵੇ ਦੀ ਇਸ ਪਲੇਟ ਨੂੰ ਉਹਨਾਂ ਇਸ ਐਂਗਲ ਨਾਲ ਲਾ ਲੈਣਾ, ਇਸ ਐਂਗਲ ਨਾਲ ਜਿਸ ਵੇਲੇ ਲੱਗ ਜਾਂਦੀ ਆ ਪਲੇਟ, ਰੂਟਰ ਵੀ ਉਹਨਾਂ ਆ ਜਾਂਦਾ, ਰੂਟਰ ਦੇ ਅੰਦਰ ਦੋ ਕਾਬਲੇ ਲੱਗੇ ਨੇ ਸ਼ਾਫਟ ਨਾਲ ਜਿਹੜੇ, ਠੀਕ ਹੈ, ਉਹ ਕਾਬਲੇ ਢਿੱਲੇ ਕਰ ਲੈਣੇ, ਢਿੱਲੇ ਕਰਕੇ ਮਤਲਬ ਕਿ ਖੋਲ੍ਹ ਲੈਣੇ, ਖੋਲ੍ਹ ਲਓ ਬਾਹਰ ਕੱਢ ਲੈਣੇ ਕਾਬਲੇ, ਠੀਕ ਹੈ। ਇੱਥੋਂ ਵਿੱਚੋਂ ਦੀ ਹੱਥ ਪਾਇਆ, ਜਿੱਥੋਂ ਆ ਗਲਾ ਅੰਦਰ ਜਾਂਦਾ ਇੱਥੋਂ ਵੀ ਹੱਥ ਪੈ ਜਾਂਦਾ, ਜਿਸ ਪਲੇਟ ਹੈ ਉਹਨਾਂ ਹਟਣੀ ਹੈ ਨਾ ਉਸ ਟਾਈਮ ਇੱਥੋਂ ਦੀ ਵੀ ਹੱਥ ਪੈ ਜਾਣਾ, ਇਹ ਇੱਥੋਂ ਦੀ ਵੀ ਇਸ ਜਗ੍ਹਾ ਤੋਂ ਵੀ ਹੱਥ ਪੈ ਜਾਣਾ, ਠੀਕ ਹੈ ਜੀ। ਰੂਟਰ ਦੇ ਜਿਸ ਕਾਬਲੇ ਤੁਸੀਂ ਖੋਲ੍ਹ ਲੈਣੇ ਨੇ, ਉਸ ਸ਼ਾਫਟ ਤੁਸੀਂ ਆ ਵਿੱਚੋਂ ਉਹਰਾਂ ਛਿੱਕ ਲੈਣੀ ਹੈ, ਜਿਸ ਉਹਰਾਂ ਛਿੱਕਣੀ ਹੈ ਆਹ ਪਲੇਟ ਵੀ ਆਜ਼ਾਦ ਹੋ ਜਾਣੀ, ਪਲੇਟ ਵੀ ਬਾਹਰ ਆ ਜਾਏਗੀ, ਰੂਟਰ ਵੀ ਫਿਲਟਰ ਵੀ ਬਾਹਰ ਆ ਜਾਏਗਾ, ਠੀਕ ਹੈ। ਇਹ ਹੀ ਤਰੀਕਾ ਬੰਦ ਕਰਨੇ ਦਾ, ਪਹਿਲੋਂ ਰੂਟਰ ਅਤੇ ਪਹਿਲੋਂ ਵਿੱਚ ਫਿਲਟਰ ਦਿਓ, ਉਹਦੇ ਵਿੱਚ ਰੂਟਰ ਰੱਖ ਕੇ, ਠੀਕ ਹੈ, ਫਿਰ ਆਹ ਪਲੇਟ ਵੇਚ ਦਿਓ, ਫਿਰ ਸ਼ਾਫਟ ਵੇਚ ਦਿਓ, ਸ਼ਾਫਟ ਦੇ ਕੇ ਫਿਰ ਰੂਟਰ ਟਾਈਟ ਕਰੋ, ਵਿੱਚੋਂ ਹੱਥ ਪਾ ਕੇ ਟਾਈਟ ਕਰਨ ਤੋਂ ਬਾਅਦ ਫਿਰ ਆਹ ਪਲੇਟ ਲਾਓ, ਪਲੇਟ ਲਾਉਣੇ ਤੋਂ ਬਾਅਦ ਵੱਡੇ ਕਾਬਲੇ ਲਾਓ, ਵੱਡੇ ਕਾਬਲੇ ਲਾਉਣੇ ਤੋਂ ਬਾਅਦ ਫਿਰ ਆਹ ਗਲਾ ਲਾਓ, ਗਲਾ ਲਾਉਣੇ ਤੋਂ ਬਾਅਦ ਫਿਰ ਸੋਰੀ ਉਹ ਰੂਟਰ ਦੇ ਜਿਹੜੇ ਨਾ ਕਾਬਲੇ ਉਹ ਸੁਰਾਖਾਂ ਵਿੱਚ ਟਾਈਟ ਕਰਨੇ, ਜਿਹੜੇ ਸ਼ਾਫਟ ਉੱਤੇ ਸੁਰਾਖ ਨੇ ਨਾ ਉਹਨਾਂ ਵਿੱਚੋਂ ਟਾਈਟ ਕਰਨੇ ਨੇ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਸਰਕਾਰ ਮੇਰੀ, ਕਿਉਂਕਿ ਸੁਰਾਖਾਂ ਵਿੱਚ ਟਾਈਟ ਨਾ ਹੋਏ ਤਾਂ ਰੂਟਰ ਤੁਹਾਡਾ ਘੁੰਮ ਸਕਦਾ, ਠੀਕ ਹੈ। ਉਸ ਤੋਂ ਬਾਅਦ ਜਨਾਬ ਬੈਰੰਗ ਬੀੜ ਕੇ ਐਲਕੀਆਂ ਜਿਹੜੀਆਂ ਨੇ ਇਹਨਾਂ ਦੀਆਂ ਲਾ ਕੇ ਅਸੀਂ ਸਮਝ ਸਾਈਡਾਂ ਵਾਲੀਆਂ ਪਲੇਟਾਂ ਲਾ ਛੱਡੋ, ਅਗਰ ਕਦੀ ਇਹ ਪਹਿਲੇ ਨੰਬਰ 'ਤੇ ਉਮੀਦ ਹੈ 5-7 ਸਾਲ ਇਹ ਖੋਲ੍ਹਣਾ ਪਾਉਂਦਾ ਹੀ ਨਹੀਂ, ਜੇ ਅਗਰ ਖੁਦਾ ਨਾ ਖਾਸਤਾ ਖੋਲ੍ਹਣਾ ਪੈ ਵੀ ਜਾਂਦਾ ਹੈ ਤਾਂ, ਠੀਕ ਹੈ ਜੀ। ਅੱਲਾਹ ਹਾਫਿਜ਼।